सत श्रीकाल जी, मैं हाँ सुखविंदर सिंह सिदूर, जैना लोक नाद टीवी का विशेष प्रोग्राम लुकमा सच देख रहे सारे दर्शकों का स्वागत। प्रोग्राम दे विच लैके हाजर हाँ पंजाब की सियासत दे नाल जुड़िया वड्डा लुकमा सच। गलबात करांगे कि भगवंत सिंह मान होरां दे वल्लों हुण दुबारा 27 सितंबर नूं विधानसभा का सैशन जिहड़ा ओह बुलवा लिया गया, पर इस वक्त कारण जिहड़े इस वार कुछ होर दसे गए आ, क्योंकि पहलां भरोसगी का मता लिया दे जिहड़ा अपने शक्ति प्रदर्शन करन दे लई जदों विधानसभा का सैशन बुलाया गया तां राजपाल दे वल्लों रद्द कर दिता गया, तां हुण चाल चली गई है कि असी बिजली ते पराली दे मुद्दे ते जिहड़ा असी गलबात करनी चाहुंदे आ कि वाकई पराली दे मुद्दे ते ते बिजली दे मुद्दे ते गलबात करनी है जां इस दे बहाने फिर शक्ति प्रदर्शन ही कीता जाणा। इह गल की है, क्यों अड़े होए आ भगवंत मान इस तरीके दे नाल सैशन सदन ते, ये भी जिहड़ी आ गलबात बड़ी उठ रही है, इस ते भी असी चर्चा करांगे। तां उधर FIR दे बारे भी खुलासे हो गए ने, क्योंकि इन्ना सीरीयस एलीगेशन होण उसे मुद्दे दे उपर तुसी विधानसभा सैशन जिहड़ा सद्या होवे ते उस FIR दे विच इनपुट की है, जीरो है। जिहड़ी लोटस दे मुद्दे ते सरकार दे वल्लों FIR दर्ज करवाई गई उहदे विच कोई प्राप्ति नहीं, उहदे विच बहुत सारियां खामियां ने। पहली बार असी तुहानूं असी अपने प्रोग्राम दे माध्यम दे राहीं दस्सांगे कि सरकार ने जिहड़ी लोटस दे मुद्दे ते कहा जा रहा सी कि सानूं 25-25 करोड़ दीआं ऑफर आ रहीआं, उहदे विच जिहड़ी FIR दर्ज कराई उह बड़ी हासोहीणी है, वह बिल्कुल बेकार FIR है। किस तरीके दे नाल उह असी तुहानूं दस्सण जा रहे हैं, तां इस पूरे प्रोग्राम दे विच असी गलबात करांगे। गलबात करन दे लई, विचार चर्चा करन दे लई मेरे नाल मौजूद ने डॉक्टर हरविंदर सिंह पट्टी साहब। सब तो पहलां स्वागत करते हैं पट्टी साहब, स्वागत है जी प्रोग्राम दे विच। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ ਸੁਖਵਿੰਦਰ ਜੀ। ਪੱਟੀ ਸਾਹਿਬ, ਕੀ ਚੱਕਰ ਪੈ ਗਿਆ, ਇੰਨਾ ਭਗਵੰਤ ਸਿੰਘ ਮਾਨ ਹੋਣੀ ਇੰਨਾ ਕਿਉਂ ਅੜ ਗਏ, ਇੰਨਾ ਕਿਉਂ ਮੁੱਛਦੀ ਸਵਾਲ ਬਣਾ ਲਿਆ ਇਹਨਾਂ ਨੇ ਸੈਸ਼ਨ ਨੂੰ? ਪਹਿਲਾਂ ਜਦੋਂ ਉਹਨਾਂ ਨੇ ਸੱਦਣ ਨਹੀਂ ਦਿੱਤਾ ਜਿਹੜਾ ਸੈਸ਼ਨ ਸ਼ਕਤੀ ਪ੍ਰਦਰਸ਼ਨ ਕਰਨ ਦੇ ਲਈ, ਤਾਂ ਹੁਣ ਇਹ ਗੱਲ ਕਹਿਤੀ ਕਿ ਅਸੀਂ ਬਿਜਲੀ ਦੇ ਮੁੱਦੇ ਅਤੇ ਪਰਾਲੀ ਦੇ ਮੁੱਦੇ 'ਤੇ ਵਿਚਾਰਾਂ ਕਰਨੀਆਂ, ਅਸੀਂ ਦੁਬਾਰਾ 27 ਸਤੰਬਰ ਨੂੰ ਜਿਹੜਾ ਸੈਸ਼ਨ ਸੱਦ ਰਿਹਾ, ਕਿ ਵਾਕਈ ਇਹਦੇ 'ਤੇ ਵਿਚਾਰਾਂ ਕਰਨੀਆਂ ਜਾਂ ਫਿਰ ਇਸ ਦੇ ਬਹਾਨੇ ਇਹਨਾਂ ਨੇ ਸੱਦ ਕੇ ਫਿਰ ਉਹੀ ਕੰਮ ਕਰਨਾ ਹੈ? ਔਰ ਸਰ, ਲੱਗਦਾ ਨਹੀਂ ਕਿ ਜੇ ਵਾਕਈ ਕੋਈ ਬਹਾਨਾ ਲਾਉਣਾ ਹੀ ਸੀ ਤਾਂ ਫਿਰ ਬੇਅਦਬੀ ਦੇ ਮੁੱਦੇ ਦਾ ਬਹਾਨਾ ਲਾ ਦਿੰਦੇ? ਕੁੰਵਰ ਵਿਜੇ ਪ੍ਰਤਾਪ ਲਗਾਤਾਰ ਇਹਨਾਂ ਤੋਂ ਟਾਈਮ ਮੰਗ ਰਹੇ ਸੀਗੇ ਕਿ ਭਾਈ ਮੈਨੂੰ ਟਾਈਮ ਦਿਓ ਬੋਲਣ ਦਾ, ਬੇਅਦਬੀ ਅਤੇ ਗੋਲੀ ਕਾਂਡਾਂ ਦੇ ਮਾਮਲੇ 'ਤੇ ਸੱਦ ਕੇ ਉਹਨਾਂ ਨੂੰ ਬੋਲਣ ਦਾ ਖੁੱਲ੍ਹਾ ਟਾਈਮ ਦੇ ਦਿੰਦੇ। ਨਾਲ ਹੀ ਨਾਲ ਕੁੰਵਰ ਵਿਜੇ ਪ੍ਰਤਾਪ ਡਰੱਗ ਦੇ ਮਸਲੇ 'ਤੇ ਵੀ ਗੱਲ ਕਰ ਰਹੇ ਸੀ, ਉਹਦੇ 'ਤੇ ਮੁੱਦਾ ਚੱਕ ਲੈਂਦੇ, ਉਹ ਮੁੱਦੇ 'ਤੇ ਸੈਸ਼ਨ ਬੁਲਾ ਲੈਂਦੇ, ਉਹਨਾਂ ਨੂੰ ਖੁੱਲ੍ਹਾ ਟਾਈਮ ਦੇ ਦਿੰਦੇ। ਹੋਰ ਬੜੇ ਅਹਿਮ ਮਸਲੇ ਆ, ਮਾਈਨਿੰਗ ਪਾਲਿਸੀ ਇਹਨਾਂ ਦੀ ਰਿਜੈਕਟ ਹੋ ਚੁੱਕੀ ਹੈ, ਰੋਕ ਲੱਗ ਚੁੱਕੀ ਹੈ, ਸ਼ਰਾਬ ਦੀ ਜਿਹੜੀ ਪਾਲਿਸੀ ਸੀ ਉਹ ਹਾਲੇ ਤੱਕ ਲਾਗੂ ਨਹੀਂ ਹੋਈ, ਬਹੁਤ ਸਾਰੇ ਮੁੱਦੇ ਇਹੋ ਜਿਹੇ ਹੈਗੇ ਜਿਨ੍ਹਾਂ 'ਤੇ ਸੱਦੇ ਜਾ ਸਕਦੇ ਸੀ। ਪਰਾਲੀ ਅਤੇ ਬਿਜਲੀ ਨੂੰ ਹੀ ਕਿਉਂ ਚੁਣਿਆ, ਜਦਕਿ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਬਿਜਲੀ ਦੇ ਮੁੱਦੇ 'ਤੇ ਅਸੀਂ ਬੜਾ ਵੱਡਾ ਫਾਇਦਾ ਪੰਜਾਬ ਦੇ ਲੋਕਾਂ ਦਾ ਕਰਤਾ ਸੀ, ਵਾਅਦਾ ਪੂਰਾ ਕਰ ਦਿੱਤਾ, ਅਤੇ ਜੇ ਕਰ ਹੀ ਦਿੱਤਾ ਸੀ ਫਿਰ ਉਹ 'ਤੇ ਤਾਂ ਲੋੜ ਹੀ ਨਹੀਂ ਸੀ, ਅਤੇ ਜੇ ਸੱਦਣਾ ਹੀ ਸੀ ਫਿਰ ਇਹ 'ਤੇ ਸੱਦੇ, ਜਾਂ ਫਿਰ ਸਿਰਫ ਨਾਟਕ ਹੀ ਕੀਤਾ ਗਿਆ? ਸੁਖਵਿੰਦਰ ਜੀ, ਦੇਖੋ ਮੈਂ ਇਹ ਸਮਝਦਾ ਕਿ ਸੱਦਿਆ ਤਾਂ ਉਹਨਾਂ ਨੇ ਸੈਸ਼ਨ ਇਹ ਸੀਗਾ ਕਿ ਚਲੋ ਰੌਲਾ ਰੱਪਾ ਜਿਹੜਾ ਪੈ ਰਿਹਾ ਉਹਨਾਂ ਦੇ ਖਿਲਾਫ, ਚਾਹੇ ਉਹ ਜਰਮਨੀ ਵਾਲਾ ਸੀ ਜਾਂ ਹੋਰ ਸੀ, ਉਹਨੂੰ ਢੱਕਣ ਦੇ ਲਈ ਸੀ। ਅਤੇ ਜਿਹੜੇ ਉਹਨਾਂ ਦੇ MLA ਦਾ ਹੁਣ ਕੋਈ ਸਬੂਤ ਤਾਂ ਸਾਹਮਣੇ ਨਹੀਂ ਆਇਆ, ਉਹ ਕਹਿ ਰਹੇ ਨੇ ਜੀ ਅਸੀਂ ਨਸ਼ਰ ਕਰਾਂਗੇ, ਨਾਂ ਦੱਸਾਂਗੇ, ਸਾਰਾ ਕੁਛ ਕਰਾਂਗੇ। ਅਪੋਜੀਸ਼ਨ ਉਹਦੇ 'ਤੇ ਹਮਲਾਵਰ ਹੋ ਰਹੀ ਸੀ। ਉਹਨੂੰ ਢੱਕਣ ਦਾ ਮਾਨ ਸਾਹਿਬ ਕੋਲ ਇੱਕੋ ਹੀ ਤਰੀਕਾ ਹੈ, ਦੇਖੋ ਖਾੜੇ ਲਾਉਣ ਵਾਲੇ ਬੰਦੇ ਨੇ, ਉਹ ਸੈਸ਼ਨ ਨੂੰ ਖਾੜੇ ਦੀ ਤਰ੍ਹਾਂ ਸਮਝਦੇ ਸੀ। ਉਹ ਮੌਕਾ ਨਹੀਂ ਮਿਲਿਆ, ਕਹਿੰਦੇ ਜੀ ਕਾਣ ਹੋ ਗਿਆ, ਪਾਰਲੀ ਆਪਣੀ ਅਸੈਂਬਲੀ ਦਾ ਸੈਸ਼ਨ ਨਹੀਂ ਸੱਦਣ ਦਿੱਤਾ ਗਿਆ, ਲੋਕਤੰਤਰ ਮਾਰਿਆ ਗਿਆ, ਫਲਾਣਾ ਹੋ ਗਿਆ। ਇੱਕ ਗੱਲ ਤਾਂ ਸਧਾਰਨ ਬੁੱਧੀ ਨੂੰ ਵੀ ਇਹ ਸਮਝ ਆ ਜਾਂਦੀ ਹੈ ਕਿ ਇੱਕ ਸਾਡਾ CM ਹੈ, ਉਹਦੀ ਅਗਵਾਈ 'ਚ ਇਲੈਕਸ਼ਨ ਲੜੀ ਗਈ ਹੈ, 92 ਲੋਕਾਂ ਨੇ MLA ਜਿਤਾ ਕੇ ਉਹਦੇ ਨਾਲ ਲਗਾ ਦਿੱਤੇ ਨੇ, ਇਹ ਸੱਦ ਕੇ ਦੱਸਣ ਦੇ ਲਈ ਗਵਰਨਰ ਨਾਲ ਲੜਨ ਦੀ ਕੀ ਜ਼ਰੂਰਤ ਹੈ ਕਿ ਤੁਹਾਡੇ 92 MLA ਤੁਹਾਡੇ ਨਾਲ ਨੇ? ਇਹਦੇ ਲਈ ਮੈਨੂੰ ਨਹੀਂ ਸਮਝ ਆਉਂਦੀ ਵੀ ਲੱਖਾਂ ਰੁਪਈਆ ਕਾਹਦੇ ਲਈ ਖਰਚਣਾ ਸੀ ਇਹ, ਕਿ ਸਾਡਾ ਘਰ ਇਕੱਠਾ, ਸਾਡੇ ਬੰਦੇ ਸਾਡੇ ਨਾਲ ਨੇ, ਇਹਦਾ ਮਤਲਬ ਜਾਂ ਤਾਂ ਤੁਹਾਨੂੰ ਸ਼ੱਕ ਹੈ, ਕਿਸੇ ਨੇ ਤਾਂ ਕਿਹਾ ਨਹੀਂ। ਦਮਗਜੇ ਤਾਂ ਮਾਰੀ ਜਾਂਦੇ ਸੀ ਕਿ ਸਾਡੀ ਜੀ ਫੌਜ ਹੈ ਜੀ, ਅਰਵਿੰਦ ਕੇਜਰੀਵਾਲ ਦੇ ਸਿਪਾਹੀ ਹੈ, ਇਹਦੇ ਆਪਣੇ ਭਗਵੰਤ ਮਾਨ ਦੇ ਸਿਪਾਹੀ ਹੈ, ਬੜੇ ਕੱਟੜ ਇਮਾਨਦਾਰ ਆ, ਅਸੀਂ ਕਿਸੇ ਪਾਸੇ ਚੱਲੇ ਨਹੀਂ, ਸੱਚੇ ਸਿਪਾਹੀ। ਅੱਜ BJP ਤਾਂ ਵਿਚਾਰੀ ਜੁੱਤੀਆਂ ਖਾ ਰਹੇ ਨੇ, ਉਹ ਤਾਂ ਉਹਨਾਂ ਦੇ ਉੱਪਰ ਪਛਾੜਾਂ ਹੋ ਰਹੀਆਂ ਨੇ, ਉਹ ਇਹ ਕਹਿ ਰਹੇ ਨੇ ਕਿ ਭਾਈ ਜਿਹਨੇ ਤੁਹਾਡੇ MLA ਖਰੀਦਣ ਦੀ ਕੋਸ਼ਿਸ਼ ਕਰੀ ਸੀ ਉਹਦਾ ਕੋਈ ਨਾਂ, ਥਾਂ, ਪਤਾ, ਫੋਨ ਕੁਛ ਤਾਂ ਦੇ ਦਿਓ, ਤੁਸੀਂ ਵਾਅਦਾ ਕਰਿਆ ਸੀ, ਉਹਨਾਂ 'ਤੇ ਤਾਂ ਕੁੱਟ ਪੈ ਰਹੀ ਹੈ।
ਦੂਜੇ ਪਾਸੇ ਕਹਿੰਦੇ ਜੀ ਲੋਕਤੰਤਰ ਦਾ ਘਾਣ ਹੋ ਗਿਆ ਤੇ ਅਸੀਂ ਹੁਣ ਲੋਕਤੰਤਰ ਨੂੰ ਬਚਾਉਣ ਲਈ ਪਰਾਲੀ ਦੇ ਉੱਪਰ ਤੇ ਬਿਜਲੀ ਦੇ ਉੱਪਰ ਸੱਦਾਂਗੇ ਇਹਨੂੰ। ਇਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਮੁੱਦੇ ਕੀ ਨੇ, ਮਸਲੇ ਕੀ ਨੇ। ਓਵਰਡੋਜ਼ ਨਾਲ ਨੌਜਵਾਨ ਰੋਜ਼ ਮਰ ਰਹੇ ਨੇ, ਬਿਲਕੁਲ। ਕਿਸਾਨ ਖੁਦਕੁਸ਼ੀਆਂ ਬਿਲਕੁਲ ਨਹੀਂ ਰੁਕੀਆਂ, ਜਿਹੜੀਆਂ ਕਹਿੰਦੇ ਸੀ 30 ਤੋਂ ਬਾਅਦ ਨਹੀਂ ਹੋਊਗੀ ਕੋਈ ਖੁਦਕੁਸ਼ੀ, ਹਰ ਰੋਜ਼ ਲਗਭਗ ਹੋ ਰਹੀਆਂ ਨੇ। ਲਾਅ ਐਂਡ ਆਰਡਰ ਦੀ ਦਸ਼ਾ ਇਹ ਹੈ ਕਿ ਲੋਕ ਬਾਹਰ ਨਿਕਲੋਂ ਡਰਨ ਲੱਗ ਗਏ ਨੇ ਸੜਕ ਦੇ ਉੱਪਰ, ਹਨੇਰੇ ਸਨੇਰੇ। ਜਿਹੜਾ ਬੇਅਦਬੀ ਦਾ ਮਾਮਲਾ ਹੈ ਉਹ ਬਿਲਕੁਲ ਸਿਰ ਦੇ ਉੱਪਰ ਖੜਾ ਹੈ। ਔਰ ਇਹਨਾਂ ਦੇ ਆਪਣੇ ਸੀਨੀਅਰ MLA ਔਰ ਬਹੁਤ ਹੀ ਕੰਪੀਟੈਂਟ ਰਿਸਪੈਕਟਡ ਆਫੀਸਰ ਕੰਵਰ ਵਿਜੇ ਪ੍ਰਤਾਪ ਨੇ ਟਾਈਮ ਮੰਗਿਆ, ਉਹਨੂੰ ਨਹੀਂ ਦਿੱਤਾ ਗਿਆ। ਉਹਨੇ ਡਰੱਗਸ 'ਤੇ ਵੀ ਉਹਦੀ ਐਕਸਪਰਟਾਈਜ਼ ਹੈ, ਗੈਂਗਿਜ਼ਮ ਦੇ ਉੱਪਰ ਵੀ ਉਹ ਕਾਫੀ ਐਕਸਪਰਟ ਆਦਮੀ ਹੈ, ਉਹਨੂੰ ਕੋਈ ਮੌਕਾ ਨਹੀਂ ਦਿੱਤਾ ਗਿਆ। ਬੇਅਦਬੀ 'ਤੇ ਸੱਦ ਲੈਂਦੇ, ਉਹਨੂੰ ਬੋਲਣ ਦਾ ਮੌਕਾ ਦੇ ਦਿੰਦੇ, ਲੋਕਾਂ ਦੇ ਜਿਹੜੇ ਸ਼ੰਕੇ ਮਨਾਂ ਦੇ ਵਿੱਚ ਉਤਪੰਨ ਹੋ ਰਹੇ ਨੇ ਉਹ ਦੂਰ ਕਰ ਦਿੰਦੇ ਇਹ। ਸੋ ਇਹ ਪਰਪਜ਼ ਕੀ ਹੈ? ਪਰਪਜ਼ ਹੈ ਅਸਲ ਦੇ ਵਿੱਚ ਜਿਹੜਾ ਉਹ ਕਹਿੰਦੇ ਹੁੰਦੇ ਨਾ ਮੀਡੀਆ ਜੀਵੀ ਜਾਂ ਕੈਮਰਾ ਜੀਵੀ ਨੇ, ਕਿ ਹੋਰ ਕੋਈ ਕੈਮਰੇ ਦੇ ਸਾਹਮਣੇ ਆ ਕੇ ਨਾ ਕੋਈ ਗੱਲ ਬੋਲ ਜਾਵੇ, ਅਸੀਂ ਹਰ ਵਕਤ ਸਾਡਾ ਮੂੰਹ ਹੈ ਜਿਹੜਾ ਉਹ ਦਿਖਦਾ ਰਹੇ। ਸਰ ਜਿਸ ਇੱਕ ਤਰੀਕੇ ਬਿਮਾਰੀ ਨਾਲ, ਵਿਕਸਿਤ ਹੋ ਗਈ ਹੈ, ਬਿਲਕੁਲ ਜਿਸ ਤਰੀਕੇ ਦੇ ਨਾਲ ਬੈਕਫੁੱਟ ਤੇ ਬਾਹਰ ਤੋਂ ਬਾਹਰ ਸਰਕਾਰ ਜਿਹੜੀ ਬੈਕਫੁੱਟ ਤੇ ਜਾ ਰਹੀ ਹੈ, ਲੱਗਦਾ ਨਹੀਂ ਕਿ ਅਰਦਾਸ ਇੱਧਰ ਵੀ ਕੰਮ ਕਰਨਾ ਸ਼ੁਰੂ ਕਰ ਚੁੱਕੀ ਹੈ। ਹਾਲਾਂਕਿ ਅਰਦਾਸ ਤਾਂ ਜਿਹੜੀ ਹੈ ਉਹ ਜ਼ਿਮਨੀ ਚੋਣਾਂ ਦੇ ਵਿੱਚ ਹੀ ਮੈਨੂੰ ਲੱਗਦਾ ਸੀਗਾ ਕਿ ਕੰਮ ਕਰਨਾ ਸ਼ੁਰੂ ਕਰ ਗਈ ਹੈ, ਪਰ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਬੁਰੇ ਤਰੀਕੇ ਦੇ ਨਾਲ ਬੈਕਫੁੱਟ 'ਤੇ ਜਾ ਰਹੀ ਹੈ, ਉਹ ਅਰਦਾਸ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਭਾਈ ਇਹ ਜਿਸ ਤਰੀਕੇ ਦੇ ਨਾਲ ਬੇਅਦਬੀ ਦੇ ਮਸਲਿਆਂ 'ਤੇ ਜਿਹੜੇ ਜਿਹੜੇ ਲੋਕਾਂ ਨੇ ਵੀ ਰਾਜਨੀਤੀ ਕੀਤੀ ਹੈ ਜਾਂ ਕਰਵਾਈ ਹੈ, ਜਾਂ ਇਹਨਾਂ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਜਾਂ ਇਸ ਪੂਰੇ ਮਾਮਲੇ 'ਤੇ ਰਾਜਨੀਤੀ ਕੀਤੀ, ਉਹਨਾਂ ਦਾ ਕੱਖ ਨਾ ਰਹੇ, ਪਹਿਲਾਂ ਵਾਲਿਆਂ ਦਾ ਕੱਖ ਨਹੀਂ ਰਿਹਾ, ਹੁਣ ਜਿਨ੍ਹਾਂ ਨੇ ਰਾਜਨੀਤੀ, ਹੁਣ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੂੰ ਮੋਹਰੇ ਦੇ ਤੌਰ 'ਤੇ ਵਰਤਿਆ, ਜਿਸ ਤਰੀਕੇ ਦੇ ਨਾਲ ਬੇਅਦਬੀਆਂ ਦਾ ਮੁੱਦਾ ਵਰਤਿਆ, ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਦੀਆਂ ਜਿਹੜੀਆਂ ਰਿਪੋਰਟਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਵਰਤਿਆ, ਜਿਸ ਤਰੀਕੇ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੂੰ ਬੈਕਫੁੱਟ 'ਤੇ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਬਰਗਾੜੀ ਅਤੇ ਹੋਰ ਇਸ਼ੂਆਂ ਦੇ ਉੱਪਰ ਬੋਲਣ ਦੇ ਲਈ ਸਮਾਂ ਮੰਗਿਆ ਗਿਆ, ਉਹਨਾਂ ਨੂੰ ਨਹੀਂ ਦਿੱਤਾ ਗਿਆ। ਲੱਗ ਨਹੀਂ ਰਿਹਾ ਕਿ ਅਰਦਾਸ ਕੰਮ ਕਰ ਰਹੀ ਹੈ, ਅਤੇ ਜਿਸ ਤਰੀਕੇ ਦੇ ਨਾਲ ਬਦਨਾਮੀ, ਜਿਸ ਤਰੀਕੇ ਦੇ ਨਾਲ ਸਰਕਾਰ ਬੈਕਫੁੱਟ 'ਤੇ ਜਾ ਰਹੀ ਹੈ, ਇਹ ਉਹਦਾ ਹੀ ਅਸਰ ਹੈ। ਯੋਗਿੰਦਰ ਜੀ, ਅਰਦਾਸ ਤਾਂ ਕੰਮ ਕਰਦੀ ਹੋਈ ਹੈ। ਦੇਖੋ, ਸੱਚ ਨੂੰ ਤਾਂ ਯੁੱਗਾਂ ਜੱਗਾਂ ਤੋਂ ਅਟੱਲ ਹੈ ਚੀਜ਼ ਕਿ ਸੱਚ ਹੈ। ਜਿਹੜਾ ਕਹਿੰਦੇ ਨੇ ਕੂੜਨ ਕੁੱਟੇ ਨਾਨਕਾ ਔਰ ਕੋ ਸੱਚ ਸਹੀ, ਉਹ ਤਾਂ ਗੱਲ ਸਹੀ ਹੈ ਆਪਣੀ ਜਗ੍ਹਾ। ਪਰ ਗੱਲ ਇਹ ਹੁੰਦਾ ਕਿ ਆਪਣੀ ਜ਼ਮੀਰ ਨੂੰ ਵੀ ਬੰਦੇ ਨੂੰ ਪੁੱਛ ਲੈਣਾ ਚਾਹੀਦਾ ਹੈ। ਜਦੋਂ ਆਪਾਂ ਲੋਕਾਂ ਕੋਲ ਪੱਲਾ ਅੱਡ ਕੇ ਜਾਂਦੇ ਹਾਂ ਕਿ ਜੀ ਸਾਨੂੰ ਆਹ ਤੁਸੀਂ ਇਸ ਤਰੀਕੇ ਨਾਲ ਕਰੋ, ਚੁਣੋ, ਅਸੀਂ ਆਹ ਆਹ ਕੰਮ ਕਰਾਂਗੇ, ਮਤਲਬ ਕਿ ਉਹ ਇੰਨਾ ਭੁੱਲ ਜਾਂਦਾ, ਉਹ ਇੰਨੀ ਜਲਦੀ ਭੁੱਲ ਜਾਂਦਾ ਸਾਰਾ ਕੁਛ। ਮਤਲਬ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ। ਤੁਸੀਂ ਐਜੂਕੇਸ਼ਨ ਤੁਹਾਡਾ ਨੰਬਰ 1 ਹੈਗਾ ਏਜੰਡਾ, ਸੜਕਾਂ ਤੇ ਟੀਚਰਾਂ ਦੇ ਉੱਪਰ ਜਿਵੇਂ ਛੱਲੀਆਂ ਦੀ ਤਰ੍ਹਾਂ ਕੁੱਟੇ ਜਾ ਰਹੇ ਨੇ, ਮਤਲਬ ਕੀ ਸਮਝਦੇ ਨੇ ਕਿ ਇਹਦਾ ਕੋਈ ਸਿੱਟਾ ਨਹੀਂ ਨਿਕਲੂਗਾ, ਜਾਂ ਲੋਕਾਂ 'ਚ ਬੇਚੈਨੀ ਨਹੀਂ ਵਧੂਗੀ, ਜਾਂ ਇਹ ਸਮਝਦੇ ਨੇ ਕਿ ਇਹ ਜਿਸ ਤਰੀਕੇ ਨਾਲ ਝੂਠ ਤੇ ਝੂਠ ਬੋਲਿਆ ਜਾ ਰਿਹਾ ਹੈ ਕਿ ਮਤਲਬ ਲੋਕ ਬਖਸ਼ ਦੇਣਗੇ ਇਹਨਾਂ ਨੂੰ ਜੇ ਉਹਨਾਂ ਨੇ ਦੂਜਿਆਂ ਨੂੰ ਨਹੀਂ ਬਖਸ਼ਿਆ। ਤੁਸੀਂ ਦੇਖੋ ਨਾ, ਆਪਣੇ ਸਾਹਮਣੇ ਇਹ ਐਗਜ਼ਾਮਪਲਸ ਹੈਗੀਆਂ ਨੇ ਕਿ ਉਹਨਾਂ ਨੂੰ 50-50 ਸਾਲਾਂ ਦੇ ਉਹ ਪਰਿਵਾਰ, ਉਹਨਾਂ ਦੇ ਪੋਤਿਆਂ ਪੜਪੋਤਿਆਂ ਤੱਕ ਰਾਜ ਕਰ ਰਹੇ ਸੀ ਬੰਦੇ, ਉਹਨਾਂ ਨੂੰ ਜੇ ਨਹੀਂ ਬਖਸ਼ਿਆ ਤਾਂ ਇਹਨਾਂ ਦਾ ਤਾਂ ਕੋਈ ਮਸਲਾ ਹੀ ਕੋਈ ਨਹੀਂ। ਇਹ ਤਾਂ ਵਿਚਾਰੇ ਬਹੁਤ ਹੀ ਨਖਿੱਧ ਕਿਸਮ ਦੀ ਗੌਰਮੈਂਟ ਬਣ ਗਈ ਹੈ, ਮਤਲਬ ਨਾਰਾਜ ਕਰਨਾ ਆਉਂਦਾ, ਸਿਰਫ ਇਹ ਹੈ ਵੀ ਖਾੜਾ ਲਾ ਲਓ, ਰੌਲਾ ਪਾ ਲਓ, ਮਜ਼ਾਕ ਉਡਾ ਲਓ ਦੂਜਿਆਂ ਦਾ। ਮਤਲਬ ਜੇ ਕੋਈ ਇਹਨਾਂ ਬਾਰੇ ਕੋਈ ਗੱਲ ਕਹਿੰਦਾ ਉਹਦਾ ਤਾਂ ਜਵਾਬ ਦਿੰਦੇ ਹੀ ਨਹੀਂ ਕਦੇ, ਇਹ ਦੂਜੇ ਦੇ ਉੱਪਰ ਦੋਸ਼ ਲਾਉਣ ਦੇ ਲਈ ਹੈ। ਉਹ ਦੋਸ਼ ਤੁਸੀਂ ਲਾਏ, ਉਹ ਲੋਕਾਂ ਨੇ ਲਾ ਦਿੱਤਾ ਉਹਨਾਂ ਨੂੰ, ਤੁਸੀਂ ਹੁਣ ਕਮ ਸੇ ਕਮ ਇਹਨਾਂ ਟਰਮਸ 'ਤੇ ਤਾਂ ਆਓ ਕਿ ਲੋਕਾਂ ਨਾਲ ਜੋ ਵਾਅਦੇ ਕਰੇ ਸੀ। ਅੱਛਾ, ਇੰਨਾ ਮੈਂ ਦੇਖ ਰਿਹਾ ਕਿ ਪਬਲਿਕ ਲਾਈਫ ਦੇ ਵਿੱਚ, ਮਤਲਬ ਮੇਰੀ ਉਮਰ ਦੇਖੋ 60-65 ਸਾਲ ਹੋ ਗਈ ਹੈ, ਪੋਲੀਟੀਕਲ ਸੋਸ਼ੋਲੋਜੀ ਮੈਂ ਪੜ੍ਹਦਾ ਪੜ੍ਹਾਉਂਦਾ ਰਿਹਾ, ਦੁਨੀਆਂ ਦੀ ਸਿਆਸਤ ਦੇਖੀ ਹੈ, ਇੰਨੀ ਨਿਰਲੱਜਤਾ ਦੇ ਨਾਲ ਮੈਂ ਨਹੀਂ ਕਦੇ ਕੋਈ ਦੇਖਿਆ ਕਰਦਾ। ਇਹੀ ਕੰਮ ਉੱਪਰ ਸੈਂਟਰ ਦਾ, ਉਹ ਤੁਸੀਂ ਉਹਨਾਂ ਦੇ ਉੱਪਰ ਅਟੈਕ ਮਾੜਾ ਜਿਹਾ ਕੋਈ ਕਰਦਾ ਹੈ ਤਾਂ ਉਹ ਅਲੀ ਅਲੀ ਕਰਕੇ ਉਹਨੂੰ ਪੈ ਜਾਂਦੇ ਨੇ, ਮਤਲਬ। ਅੱਛਾ, ਉਹੀ ਕੰਮ ਇੱਥੇ ਹੋ ਰਿਹਾ ਬਿਲਕੁਲ, ਅਤੇ ਕੋਈ ਸੰਗ ਸ਼ਰਮ ਨਹੀਂ, ਕੋਈ ਕੋਈ ਹਯਾ ਨਹੀਂ ਹੈ। ਇਸ ਕੰਮ ਲਈ ਸੈਸ਼ਨ ਸੱਦਿਆ ਸੀ ਪੰਜਾਬ ਦੇ ਲੋਕਾਂ ਨੂੰ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਜੇ ਤੁਹਾਨੂੰ ਆਪਣੇ MLA 'ਤੇ ਸ਼ੱਕ ਹੈ ਤੁਸੀਂ ਉਹਨੂੰ ਵੈਸੇ ਇਕੱਠੇ ਕਰਕੇ ਦਿਖਾ ਦਿਓ, ਅਦਰਵਾਈਜ਼ ਵੀ ਤਾਂ ਤੁਸੀਂ ਉਹਨਾਂ ਨੂੰ ਅੱਜ ਅੱਜ ਮੀਟਿੰਗ ਵੀ ਤਾਂ ਕੀਤੀ ਹੋਈ ਹੈ, ਅੱਜ ਵੀ ਤਾਂ ਮੀਟਿੰਗ ਕੀਤੀ ਹੈ, ਔਰ ਦਿੱਲੀ ਮਤਲਬ ਵੀ ਤਾਂ ਉਹਨਾਂ ਦੇ ਗਲਾਂ 'ਚ, ਦਿੱਲੀ ਵੀ ਤਾਂ ਸੱਦੇ ਹੀ ਸੀ ਗਲਾਂ 'ਚ ਸਾਰੇ ਜਣੇ, ਫੱਟੇ ਫੱਟੇ ਪਾ ਕੇ ਉਹਨਾਂ ਦੇ ਗਲਾਂ ਦੇ ਵਿੱਚ ਕਿ ਲੋਕਤੰਤਰ ਦਾ ਘਾਣ ਫਲਾਣਾ, ਉਹ ਤਾਂ ਬਿਲਕੁਲ ਵਿਚਾਰੇ ਇੱਦਾਂ ਨੇ ਕਿ ਜਿਵੇਂ ਰੱਖੇ ਹੀ ਇਸ ਕੰਮ ਲਈ ਹੋਏ ਨੇ ਉਹ। ਪਰ ਗੱਲ ਇਹ ਹੈ ਡਾਕਟਰ ਸਾਹਿਬ, ਮੈਨੂੰ ਤੁਹਾਡੇ ਵਾਲੀ ਗੱਲ ਠੀਕ ਲੱਗੀ ਆ, BMW ਵਾਲਾ ਮੁੱਦਾ ਲਾ ਲਓ,
चाहे आ जिहड़ा इन्हां नूं एयरलाइन दे विचों उतारन वाला शराब पीण वाला मुद्दा जिहड़ा ला लो, चाहे वह तुसी कह लो कि फौजा सिंह सरारी वाला मुद्दा ला लो, चाहे विजय सिंगला नूं लैके सरकार जिहड़ी घिर रही है कि पार्टी चों क्यों नहीं बाहर कढ़े, या होर बहुत सारे मुद्दों के करके सरकार जिहड़ी घिर रही सी। मैनूं लगता कि जिवें तुसी कहा बिल्कुल सही कहा कि उन्हां मुद्दों तों बचण दे लई इह जिहड़ा नाटक किया जा रहा। और दूजे पासे मोहर इस करके भी लगती है सर कि सारी दी सारी जिहड़ी आ उह सरकार इकट्ठी होकर गई होवे डी जी पी दे कोल लोटस दे मुद्दे नूं लैके। एक पासे तुसी कारवाइयां करा रहे हो कि भाई साढ़े सारे दे सारे विधायक इकट्ठे आ, साढ़े विधायकों नूं जिन्हां जिन्हां नूं कॉल आई आ उन्हां ने जाके जिहड़ी है वह जाके एफ आई आर दर्ज करवा दित्ती है, ते जे एफ आई आर दर्ज करवा दित्ती तो फिर तो तुहाडे उन्हां विधायकों के उपर शक करन दी तुहानूं लोड़ ही है नहीं। और सर तुसी उस एफ आई आर नूं हुण बड़े तरीके नाल सुणिया जां पढ़िया तुसी ला लो, तां उन्हों तुसी साडे दर्शकों नूं चंगे तरीके नाल समझाओ। उहदे विच वी कहिंदे हासोहीणियां गल्लां ने कि किस तरीके दे जो जो एफ आई आर उत्थे दर्ज हुई है। और देखो सर यह भी गल है कि 9 दिन हो गए एफ आई आर दर्ज हुई नूं, डी जी पी दे कहण ते सरकार दे कहण ते एफ आई आर दर्ज हुई होवे, उहदे विच इनपुट जीरो होवे, हले तक किसी की कोई गिरफ्तारी ना हुई होवे, उहदे विच कोई भी गलबात किसी तरीके दी ना हुई होवे, और उहदे मसले दे करके ही विधानसभा का सैशन जिहड़ा सदना पै गया होवे, करोड़ दे करीब रुपया खर्चना पैण दी गल होवे, ते जदों इहो जे मुद्दे दे उपर सरकार दे कहण दे बावजूद भी जिहड़ी आ इनपुट जीरो होवे तां फिर इहदा मतलब इहदे विच है ही कुछ नहीं। और एफ आई आर दे बारे सानूं जानकारी सर दिओ कि उत्थे किहदे वल्लों एफ आई आर दर्ज कराई गई, इह कहिंदे सी कि साडे कोल सबूत बड़े आ, किहड़े किहड़े उत्थे सबूत दित्ते गए आ उहदे बारे जरूर जानकारी दिओ। देखो सुखविंदर जी अपने हरपाल सिंह टीमां लै के गए, ओह खुद वकील ने आप ਸਿਆਣੇ ਬੰਦੇ ਨੇ, ਉਹ 10 MLA ਦੇ ਨਾਂ ਹੇਠ ਉਹ ਐਫ ਆਈ ਆਰ ਕੱਟੀ ਗਈ ਹੈ। ਪਰ ਉਹ ਐਫ ਆਈ ਆਰ ਦੀ ਕਮਾਲ ਇਹ ਹੈ ਕਿ ਉਹਦੇ 'ਚ ਅਨਨੋਨ ਬੰਦਿਆਂ ਵੱਲੋਂ ਫੋਨ ਆਏ ਨੇ 10 MLAs ਨੂੰ, ਉਹਨਾਂ ਨੂੰ ਔਫਰ ਕੀਤਾ ਗਿਆ। ਇੱਕ ਤਾਂ ਇਹ ਵੀ ਰੌਲਾ ਸੀ ਜਲੰਧਰ ਦੇ MLA ਦਾ ਕਿ ਜੀ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਕਿਸੇ ਫੋਨ ਦਾ ਜ਼ਿਕਰ ਨਹੀਂ, ਕੋਈ ਉਹਦੇ 'ਚ ਟਾਈਮ ਫਰੇਮ ਨਹੀਂ ਕਿ ਕਿਸ ਨੂੰ ਕਿਸ ਨੰਬਰ ਤੋਂ ਕਿਸ ਟਾਈਮ ਫੋਨ ਆਇਆ। ਇਹ ਬਿਲਕੁਲ ਮਤਲਬ ਬਲੈਂਕ ਐਫ ਆਈ ਆਰ ਹੈ ਕਿ ਜੇ ਤੁਸੀਂ ਪੁਲਿਸ ਵਾਲਿਆਂ ਨਾਲ ਵੀ, ਚਾਹੇ ਉਹ ਡੀ ਜੀ ਪੀ ਹੈ ਕੋਈ ਹੈ, ਦੇਖੋ ਇੱਕ ਫਾਰਮੇਟ ਬਣਿਆ ਹੋਇਆ ਐਫ ਆਈ ਆਰ ਤੁਸੀਂ ਡਾਊਨਲੋਡ ਕਰਕੇ ਦੇਖ ਲੈਣਾ ਕਿ ਜਿਹੜਾ ਦੋਸ਼ੀ ਹੈ ਜਿਹਨੂੰ ਤੁਸੀਂ ਅਕਿਊਜ਼ ਕਰ ਰਹੇ ਹੋ ਉਹਦੀ ਕੋਈ ਡਿਸਕ੍ਰਿਪਸ਼ਨ, ਉਹਦਾ ਕੋਈ ਨਾਂ, ਕੋਈ ਥਾਂ, ਕੋਈ ਟਿਕਾਣਾ ਨਾ ਹੋਵੇ। ਜੇ ਇਹ ਉੱਦਾਂ ਦੀ ਗੱਲ ਹੈ ਕਿ ਮੈਂ ਕਹਾਂ ਕਿ ਜੀ ਮੇਰਾ ਦੱਸਿਆ ਗਿਆ ਹੋਵੇ ਵੀ ਕਿਹੜੇ ਐਪ ਤੋਂ ਜਾਂ ਨੰਬਰ ਤੋਂ ਜਾਂ ਵਟਸਐਪ ਤੋਂ ਜਾਂ ਇੰਸਟਾਗ੍ਰਾਮ ਤੋਂ ਜਾਂ ਫੇਸਬੁੱਕ ਤੋਂ ਮੈਸੇਂਜਰ ਤੋਂ ਕਿਸੇ ਤੋਂ ਕਾਲ ਆਈ ਹੋਵੇ, ਉਹ ਵੀ ਨਹੀਂ ਕਹਿੰਦੇ ਦੱਸਿਆ ਗਿਆ। ਇਹ ਜਿਹੜਾ ਲੀਗਲ ਪ੍ਰਕਿਰਿਆ ਨਾ, ਜਿਹੜੀ ਲੀਗਲ ਪ੍ਰੋਸੈਸ ਹੈ, ਉਹਦਾ ਮਜ਼ਾਕ ਉਡਾਉਣ ਵਾਲੀ ਗੱਲ ਹੈ। ਮਤਲਬ ਇਹ ਕਹਿਣਾ ਕਿ ਮੈਨੂੰ ਜੀ ਕਿਸੇ ਨੇ ਪਤਾ ਨਹੀਂ ਕਿੱਥੋਂ ਕਦੋਂ ਮੈਨੂੰ ਕੁਛ ਕਹਿਤਾ, ਇਹ ਕੋਈ ਕਿਸ ਤਰ੍ਹਾਂ ਦੀ ਗੱਲ ਹੈ ਇਹ? ਮਤਲਬ ਇਹ ਉਹ ਇੱਕ ਕਥਾ ਦੇ ਵਿੱਚ ਸੁਣਾਉਂਦੇ ਹੁੰਦੇ ਸੀ ਪਹਿਲਾਂ, ਉਹ ਕਹਿੰਦੇ ਜੀ ਪਤਾ ਨਹੀਂ ਕਿਹੜੀ ਪਾਤਸ਼ਾਹੀ ਸੀ, ਭਲਾ ਜਿਹਾ ਵੇਲਾ ਸੀ, ਅਤੇ ਗੁਰੂਆਂ ਨੇ ਪਤਾ ਨਹੀਂ ਕਹਿੰਦੇ ਕਿਹੜਾ ਸ਼ਬਦ ਉਚਾਰਿਆ, ਸੰਗਤਾਂ ਨਿਹਾਲ ਹੋ ਗਈਆਂ। ਇਹ ਉੱਦਾਂ ਦੀ ਗੱਲ ਹੈ ਅਸਲ ਦੇ ਵਿੱਚ, ਬਈ ਕੋਈ ਇਸ ਗੱਲ ਦਾ ਮੂੰਹ ਨਹੀਂ ਸਿਰ ਨਹੀਂ, ਤੁਹਾਨੂੰ ਕਿਹਨੇ ਫੋਨ ਕਰਿਆ, ਕਿਸ ਟਾਈਮ ਫੋਨ ਕਰਿਆ, ਕਿਹਦੇ ਬਿਹਾਫ 'ਤੇ ਕਰਿਆ। ਤੁਸੀਂ ਰਿਕਾਰਡਿੰਗ ਅੱਜ ਕੱਲ੍ਹ ਸਾਰਿਆਂ ਦੀ ਕਰ ਰਹੇ ਹੋ ਦੁਨੀਆਂ ਦੀ, ਤੁਹਾਡੀ ਪਾਰਟੀ ਹੈ ਜਿਹੜੀ ਆਪਣੇ ਮਤਲਬ MLAਆਂ ਦੇ ਸਟਿੰਗ ਕਰਕੇ ਸਟੋਰ ਬਣਾ ਕੇ ਰੱਖਦੀ ਹੈ, ਸਟਿੰਗਾਂ ਦੀ ਲਾਇਬ੍ਰੇਰੀ, ਤਾਂ ਤੁਸੀਂ ਉਹਦਾ ਰਿਕਾਰਡ ਕਰਦੇ ਭਾਈ। ਔਰ ਇਹ ਸੱਚੀ ਗੱਲ ਹੈ, ਅਪੋਜੀਸ਼ਨ ਨੇ ਰੌਲਾ ਪਾਉਣਾ ਹੀ ਹੈ ਕਿ ਅੱਜ 9 ਦਿਨ ਹੋ ਗਏ ਨੇ, ਔਰ ਉਹਦੇ ਤੋਂ ਵੀ ਹਫ਼ਤਾ ਪਹਿਲਾਂ ਨਹੀਂ ਆਈਆਂ ਹੋਈਆਂ ਨੇ ਕਾਲਾਂ ਤਾਂ ਜਿਹੜੀਆਂ ਉਹ ਕਹਿ ਰਹੇ ਸੀ। ਇਹਦਾ ਮਤਲਬ 15-20 ਦਿਨ ਸਾਡੀ ਸਾਰੀ ਪੰਜਾਬ ਦੀ ਪੁਲਿਸ, ਸਾਰੀ ਗੌਰਮੈਂਟ ਇਹ ਨਹੀਂ ਲੱਭ ਸਕੀ, ਇਹ ਨਹੀਂ ਦੱਸ ਸਕੀ ਕਿ ਕੌਣ ਲੋਕ ਨੇ, ਇਹ ਕਿੱਥੋਂ ਆ ਰਹੀਆਂ ਸੀ, ਇਹ ਉਹਨਾਂ ਦੀ ਆਈਡੈਂਟੀਫਿਕੇਸ਼ਨ ਕੀ ਹੈ। ਔਰ ਉਹ ਪਾਰਟੀ ਜੀ 'ਤੇ ਦੋਸ਼ ਲਾ ਰਹੇ ਹੋ, ਉਹ ਤੁਹਾਡੇ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਜੁੱਤੀਆਂ ਖਾ ਰਹੇ ਨੇ, ਉਹਨਾਂ 'ਤੇ ਤੁਸੀਂ ਲਾਠੀਚਾਰਜ ਕਰ ਰਹੇ ਹੋ, ਉਹਨਾਂ 'ਤੇ ਤੁਸੀਂ ਪਿਛਾੜਾਂ ਕਰ ਰਹੇ ਹੋ। ਮਤਲਬ ਇਹਨੂੰ ਇਸ ਜਿਹੜੀ ਇਹ ਹਕੀਕਤ ਹੈ, ਇਹਨੂੰ ਤੁਸੀਂ ਸੈਸ਼ਨ ਸੱਦ ਕੇ ਜਾਂ ਜ਼ਿਆਦਾ IT ਸੈੱਲ ਖੋਲ੍ਹ ਕੇ ਕੀ ਕਰੋਗੇ ਇਹਦੇ ਨਾਲ ਰੌਲਾ ਪਾ ਕੇ? ਬਿਲਕੁਲ, ਦੇਖੋ ਹੈਰਾਨੀ ਵਾਲੀ ਗੱਲ ਆ ਸਰ, ਜਿਹਨਾਂ ਨੂੰ ਇਹ ਦੋਸ਼ੀ ਠਹਿਰਾ ਰਹੇ ਆ ਉਹ ਅੱਜ ਸੜਕਾਂ 'ਤੇ ਪ੍ਰਦਰਸ਼ਨ ਕਰਕੇ ਛਿੱਤਰ ਖਾ ਰਹੇ ਆ, ਪਾਣੀ ਦੀਆਂ ਪਛਾੜਾਂ ਖਾ ਰਹੇ, ਉਹ ਕਹਿੰਦੇ ਸਾਡੇ ਬੰਦਿਆਂ ਦਾ ਨਾਂ ਦੱਸੋ, ਤੁਹਾਨੂੰ ਕਾਲ ਕਿਹਨੇ ਕੀਤੀ ਆ? ਤੁਹਾਡੇ ਮੇਰੇ ਵਰਗੇ ਲੋਕ ਜਿਹੜੇ ਚੈਨਲਾਂ 'ਤੇ ਬੋਲਣ ਵਾਲੇ, ਲੋਕਾਂ ਤੱਕ ਗੱਲ ਪਹੁੰਚਾਉਣ ਵਾਲੇ ਲੋਕ ਨੇ, ਉਹ ਵੀ ਇਹੀ ਗੱਲ ਕਹਿ ਰਹੇ ਆ। ਪੱਤਰਕਾਰ, ਤੁਸੀਂ ਪੜ੍ਹੇ ਲਿਖੇ ਵਰਗ ਨਾਲ ਸੰਬੰਧਿਤ ਹੋ, ਤੁਸੀਂ ਵੀ ਇਹ ਗੱਲ ਕਹਿ ਰਹੇ ਹੋ, ਪੰਜਾਬ ਦੇ ਲੋਕ ਵੀ ਇਹ ਗੱਲ ਕਹਿ ਰਹੇ ਆ, ਵਿਰੋਧੀ ਪਾਰਟੀਆਂ ਵੀ ਇਹ ਗੱਲਾਂ ਕਹਿ ਰਹੀਆਂ, ਜਿਨ੍ਹਾਂ 'ਤੇ ਇਲਜ਼ਾਮ ਲੱਗ ਰਹੇ ਉਹ ਛਿੱਤਰ ਖਾ ਰਹੇ, ਆਪਾਂ ਦੱਸ ਹੀ ਹਟਿਆ। ਸਾਰੇ ਦੇ ਸਾਰੇ ਬੰਦੇ ਸਬੂਤ ਮੰਗੀ ਜਾਂਦੇ ਆ, ਸਾਰੇ ਦੇ ਸਾਰੇ ਬੰਦੇ ਨਾਮ ਮੰਗੀ ਜਾਂਦੇ ਆ, ਅਤੇ ਫਿਰ ਸਰਕਾਰ ਦੀ ਕੀ ਮਜਬੂਰੀ ਹੈ ਕਿ ਨਾ ਤਾਂ ਕੋਈ ਸਬੂਤ ਦੇ ਪਾ ਰਹੀ ਹੈ, ਨਾ ਕੋਈ ਨਾਮ ਦੇ ਪਾ ਰਹੀ ਹੈ, ਨਾ ਹਲੇ ਸਰਕਾਰ ਦੇ ਕਹਿਣ ਦੇ ਉੱਪਰ DGP ਨੇ FIR ਦਰਜ ਕਰਵਾਈ ਹੋਵੇ,
ਤੇ ਏਐਸਆਈ ਵੀ ਜਿਹੜਾ ਕਹਿੰਦੇ ਮਜੀਠੀਆ ਹੁਣੀ ਜਿਵੇਂ ਕਹਿੰਦੇ ਸੀ ਕਹਿੰਦੇ ਕਿ ਸਰਕਾਰ ਜਾਂ ਐਮਐਲਏ ਦਾ ਕੋਈ ਮੰਤਰੀ ਕੋਈ ਫੋਨ ਕਰ ਦਵੇ ਇੰਨੇ ਦਿਨਾਂ ਦੇ ਵਿੱਚ ਤਾਂ ਕੋਈ ਏਐਸਆਈ ਵੀ ਕਹਿੰਦੇ ਥਾਣੇਦਾਰ ਵੀ ਕੋਈ ਰਿਜ਼ਲਟ ਕੱਢ ਕੇ ਰੱਖ ਦਿੰਦਾ ਪਰ ਪੂਰੀ ਦੀ ਸਰਕਾਰ ਨੇ ਡੀਜੀਪੀ ਨੂੰ ਕਹਿ ਕੇ ਐਫਆਈਆਰ ਦਰਜ ਕਰਾਈ ਹੋਵੇ ਇਨਪੁੱਟ ਜ਼ੀਰੋ ਹੋਵੇ ਤੇ ਜਿਹਦੇ ਵਿੱਚ ਇਨਪੁੱਟ ਜ਼ੀਰੋ ਹੋਵੇ ਉਸੇ ਹੀ ਮਸਲੇ ਦੇ ਉੱਪਰ ਲੋਟਸ ਦਾ ਮੁੱਦਾ ਉਠਾ ਕੇ ਸੈਸ਼ਨ ਸੱਦਿਆ ਜਾ ਰਿਹਾ ਹੋਵੇ ਤੇ 75 ਲੱਖ ਰੁਪਏ ਕਰੀਬ ਨਜਾਇਜ਼ ਤੌਰ ਤੇ ਖਰਚਣ ਦੀ ਗੱਲ ਕੀਤੀ ਹੋਵੇ ਇੱਥੇ ਬਸ ਨਹੀਂ ਕੀਤੇ ਉਹ ਕਹਿੰਦੇ ਕਿ 21 ਲੱਖ ਰੁਪਈਆ ਬਚਾਉਣ ਦੀਆਂ ਗੱਲਾਂ ਹਰਪਾਲ ਚੀਮਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ ਕਿ ਅਸੀਂ ਡਿਜੀਟਲ ਬਜਟ ਲੈ ਕੇ ਆਏ ਹਾਂ ਪੇਪਰਲੈਸ ਬਜਟ ਲੈ ਕੇ ਆ ਰਹੇ ਹਾਂ ਅਤੇ 21 ਲੱਖ ਰੁਪਈਆ ਇਹਦੇ ਨਾਲ ਬਚੂਗਾ ਪੇਪਰਾਂ ਦਾ ਤਾਂ ਦੂਜੇ ਪਾਸੇ 75 ਲੱਖ ਰੁਪਈਆ ਅਜਾਈਂ ਖਰਚਣ ਦੀ ਗੱਲ ਕਰ ਰਹੇ ਆ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦਾ ਮਤਲਬ ਫਿਰ ਹੈ ਹੀ ਕੁਛ ਨਹੀਂ ਨਾ ਇਹਦੇ 'ਚ ਇਹ ਸੁਖਵਿੰਦਰ ਜੀ ਦੇਖੋ ਲੀਗਲ ਪ੍ਰਕਿਰਿਆ ਨੂੰ ਪ੍ਰੋਪੇਗੰਡੇ ਲਈ ਯੂਜ਼ ਕੀਤਾ ਜਾ ਰਿਹਾ ਹੋਰ ਕੋਈ ਇਹਦਾ ਮਤਲਬ ਨਹੀਂ ਸੀ ਬਣਦਾ ਅਜੇ ਤੱਕ ਤਾਂ ਇਹੀ ਰਿਜ਼ਲਟ ਹੈ ਦੂਜੇ ਪਾਸੇ ਤੁਸੀਂ ਕਮਾਲ ਦੇਖੋ ਇਹ ਪਾਰਟੀ ਦੀ ਕੰਟਰੀਬਿਊਸ਼ਨ ਪੰਜਾਬ ਨੂੰ ਇਹ ਹੈ ਕਿ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਬੀਜੇਪੀ ਨੂੰ ਲੋਕ ਮਤਲਬ ਮੂੰਹ ਲਾ ਕੇ ਨਹੀਂ ਰਾਜੀ ਕਿਸੇ ਵੀ ਹਿਸਾਬ ਦੇ ਵਿੱਚ ਔਰ ਉਹ ਐਸਟੈਬਲਿਸ਼ਡ ਠੱਗ ਨੇ ਸਭ ਨੂੰ ਪਤਾ ਸਾਬਤ ਹੋ ਗਏ ਨੇ ਉਹਨਾਂ ਨੂੰ ਇਹਨਾਂ ਨੇ ਮਾਣ ਮੱਤੇ ਬਣਾ ਦਿੱਤਾ ਉਹ ਪਿੰਡਾਂ ਦੇ ਵਿੱਚ ਨਾ ਇੱਕ ਦੱਸਦੇ ਹੁੰਦੇ ਨੇ ਕਿ ਬਜ਼ੁਰਗ ਸੀ ਬੰਦਾ ਉਹਨੇ ਆਪਣੇ ਬੱਚਿਆਂ ਨੂੰ ਕਿਹਾ ਕਿ ਭਾਈ ਮੈਨੂੰ ਚੰਗਾ ਕਹਾਇਓ ਕੋਈ ਇੱਕ ਮੁੰਡਾ ਡਾਕਟਰੀ ਕਰ ਗਿਆ ਇੱਕ ਪੁਲਿਸ ਅਫਸਰ ਬਣ ਗਿਆ ਇੱਕ ਫੌਜੀ ਬਣ ਗਿਆ ਮਤਲਬ ਉਹ ਲੋਕ ਕਹਿਣ ਯਾਰ ਪਿਓ ਤਾਂ ਲਾਇਕ ਜਿਹੇ ਸੀ ਮੁੰਡੇ ਬੜੇ ਲਾਇਕ ਨਿਕਲੇ ਜਿਹੜਾ ਛੋਟਾ ਮੁੰਡਾ ਸੀ ਨਾ ਸਭ ਤੋਂ ਉਹਨੇ ਉਹਨੂੰ ਲੱਗਿਆ ਯਾਰ ਪਿਓ ਦਾ ਆਪਾਂ ਵਾਅਦਾ ਨਹੀਂ ਪੂਰਾ ਕਰ ਰਹੇ ਉਹਨੇ ਜੀ ਮਤਲਬ ਡਾਕੇ ਮਾਰਨੇ ਸ਼ੁਰੂ ਕਰਤੇ ਲੁੱਟ ਮਾਰ ਰੇਪ ਗੰਦ ਪਾਉਣਾ ਸ਼ੁਰੂ ਕਰਤਾ ਲੋਕ ਕਿਹਾ ਕਰਨਗੇ ਇਹਦੇ ਨਾਲ ਉਹਦਾ ਇਹਦਾ ਪਿਓ ਹੀ ਚੰਗਾ ਸੀ ਇਹ ਉਸ ਤਰੀਕੇ ਦੇ ਨਾਲ ਨਾ ਬੀਜੇਪੀ ਨੂੰ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਚੰਗੇ ਕਹਿਣ ਲਾ ਦਿੱਤਾ ਇਹਨਾਂ ਨੇ ਲੋਕਾਂ ਨੂੰ ਇਹਨਾਂ ਨੂੰ ਆਪ ਅੰਦਰ ਝਾਤ ਮਾਰਨੀ ਚਾਹੀਦੀ ਹੈ ਸੈਸ਼ਨ ਸੱਦਣ ਦੀ ਬਜਾਏ ਬੈਠ ਕੇ ਆਪਣਾ ਔਰਗੇਨਾਈਜੇਸ਼ਨ ਸੈਟਅਪ ਕਰਨਾ ਚਾਹੀਦਾ ਹੈ ਜੇ ਨਹੀਂ ਸਰਕਾਰ ਚਲਾਉਣੀ ਆਉਂਦੀ ਸਿਰਫ ਇਹ ਨਹੀਂ ਵੀ ਕਿ ਕੇਜਰੀਵਾਲ ਜਿਸ ਤਰੀਕੇ ਨਾਲ ਉਹ ਰਿੰਗ ਮਾਸਟਰ ਮਤਲਬ ਅੰਟਰ ਘੁਮਾਉਂਦਾ ਉੱਦਾਂ ਘੁੰਮੀ ਜਾਣਾ ਪੰਜਾਬ ਦੇ ਲੋਕਾਂ ਨੇ ਚੁਣਿਆ ਬੜੇ ਮਾਣ ਨਾਲ ਚੁਣਿਆ ਪਰ ਬੜੀ ਨਿਰਾਸ਼ਾ ਫੈਲ ਰਹੀ ਹੈ ਇਹਨਾਂ ਦੇ ਆਪਣੇ ਵਰਕਰਾਂ 'ਚ ਫੈਲ ਰਹੀ ਹੈ ਇਹ ਨਹੀਂ ਹੈ ਇਹਨਾਂ ਦੇ ਐਮਐਲਏਆਂ 'ਚ ਫੈਲ ਰਹੀ ਹੈ ਔਰ ਉਹਦੇ ਤੋਂ ਇਹ ਡਰ ਵੀ ਰਹੇ ਨੇ ਬਹੁਤੇ ਐਮਐਲਏ ਪਰ ਇਹ ਨਟੰਕੀ ਨਾਲ ਨਹੀਂ ਕੰਮ ਚੱਲਣਾ ਬਹੁਤੇ ਐਮਐਲਏ ਇਹਨਾਂ ਦੇ ਆਪਣੇ ਹੀ ਬਹੁਤੇ ਜਿਹੜੇ ਸੁਹਿਰਦ ਐਮਐਲਏ ਬਹੁਤੇ ਸਿਆਣੇ ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਔਰ ਬਹੁਤੇ ਐਮਐਲਏ ਇਹਨਾਂ ਦੇ ਵਿੱਚ ਸੁਹਿਰਦ ਨੇ ਕੁੰਵਰ ਵਿਜੇ ਪ੍ਰਤਾਪ ਹੋਣੀ ਜਿਵੇਂ ਨਾਮ ਹੈ ਹਾਲਾਂਕਿ ਵੈਸੇ ਉਹਨਾਂ ਦਾ ਤਾਂ ਮੈਂ ਨਾਮ ਲੈ ਤਾ ਕਿ ਉਹ ਸੁਹਿਰਦ ਨੇ ਬਹੁਤ ਸਾਰੇ ਐਮਐਲਏ ਇਹੋ ਜਿਹੇ ਵੀ ਆ ਜਿਹੜੇ ਇਹ ਗੱਲ ਕਹਿ ਇਸ ਸੈਸ਼ਨ ਨੂੰ ਇਹ ਗੱਲ ਸਮਝ ਰਹੇ ਆ ਇਹ ਕਹਿ ਰਹੇ ਆ ਕਿ ਇਹ ਸਾਡੀ ਜੀ ਪਾਰਟੀ ਵੱਲੋਂ ਸਿਰਫ ਔਰ ਸਿਰਫ ਇੱਕ ਮਨੋਰੰਜਨ ਦਾ ਸਾਧਨ ਸੈਸ਼ਨ ਕਿਹਾ ਜਾ ਸਕਦਾ ਔਰ ਬਹੁਤੇ ਐਮਐਲਏ ਹੈਰਾਨ ਵੀ ਆ ਕਿ ਯਾਰ ਇਹਨਾਂ ਐਮਐਲਏ ਨੂੰ ਫੋਨ ਆ ਕਿੱਦਾਂ ਗਏ ਸਾਨੂੰ ਤਾਂ ਕਿਸੇ ਦਾ ਕਹਿੰਦੇ ਕੋਈ ਫੋਨ ਨਹੀਂ ਆਇਆ ਇਹਨਾਂ ਦੇ ਆਪਣੇ ਐਮਐਲਏ ਹੈਰਾਨ ਆ ਔਰ ਆਪਣੇ ਐਮਐਲਏ ਨੂੰ ਨਹੀਂ ਕਨਵਿੰਸ ਸਰਕਾਰ ਕਰ ਪਾਈ ਨਾਲ ਦੇ ਐਮਐਲਏ ਆਪਣੇ ਨਾਲ ਦੇ ਐਮਐਲਏ ਨੂੰ ਨਹੀਂ ਕਨਵਿੰਸ ਕਰ ਪਾਏ ਉਹਨਾਂ ਨੂੰ ਨਹੀਂ ਸਬੂਤ ਦੱਸ ਪਾਈ ਜੇ ਆਪਣੇ ਨਾਲ ਦੇ ਹੀ ਐਮਐਲਏ ਤੁਹਾਡੀ ਸਰਕਾਰ ਦੇ ਐਮਐਲਏ ਇਹ ਗੱਲ ਨਹੀਂ ਮੰਨ ਰਹੇ ਉਹ ਸ਼ੱਕੀ ਨੇ ਕਿ ਤੁਹਾਨੂੰ ਨਹੀਂ ਆਏ ਲੱਗਦਾ ਫੋਨ ਇਹ ਨਾਟਕ ਲੱਗ ਰਿਹਾ ਤਾਂ ਫਿਰ ਪੰਜਾਬ ਦੇ ਲੋਕ ਕੀ ਸਮਝਣ ਇਸ ਚੀਜ਼ ਨੂੰ ਦੇਖੋ ਜੀ ਗੱਲ ਇਹ ਹੈ ਵੀ ਫੇਲ ਤਾਂ ਹੋ ਗਏ ਨੇ ਔਰ ਬਦਕਿਸਮਤੀ ਇਹ ਹੈ ਕਿ ਅਸੀਂ ਤਾਂ ਹਮੇਤੀ ਭਗਵੰਤ ਮਾਨਦੇ ਰਹੇ ਹਾਂ ਕਿ ਜੁਗਨੂ ਹੈ ਜੀ ਸਾਰਾ ਕ੍ਰਿਟੀਕ ਕਰਦਾ ਰਹੇ ਸਾਰੇ ਸਮਾਜਿਕ ਬੁਰਾਈਆਂ ਦੀ ਸਿਆਸੀ ਬੁਰਾਈਆਂ ਦੀ ਪਰ ਜਿਸ ਤਰੀਕੇ ਨਾਲ ਇਹ ਫੇਲ ਹੋ ਰਹੇ ਨੇ ਨਾ ਬੜਾ ਦੁੱਖ ਲੱਗ ਰਿਹਾ ਔਰ ਇਹਨਾਂ ਨੂੰ ਆਪ ਕੋਈ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ ਇਹ ਇਹ ਸੰਕਟ ਦਰ ਸੰਕਟ ਮਤਲਬ ਲਾ ਕੇ ਤੁਸੀਂ ਪਹਿਲੇ ਦਿਨ ਤੋਂ ਦੇਖੋ ਕਿ ਉਹ ਪੀਟਰ ਰੇੜਿਆਂ ਦਾ ਜਿਹੜਾ ਫੈਸਲਾ ਕਰਿਆ ਸੀ ਉਹ ਤੋਂ ਬਾਅਦ ਲਾ ਐਂਡ ਆਰਡਰ ਮੂਸੇ ਵਾਲਾ ਹਰ ਰੋਜ਼ ਪਰ ਇਹ ਪ੍ਰੋਪੇਗੰਡੇ ਤੋਂ ਬਿਨਾਂ ਇਹਨਾਂ ਨੂੰ ਕੱਖ ਨਹੀਂ ਆਉਂਦਾ ਫਿਰ ਜੇ ਇਹੀ ਕੰਮ ਹੈ ਆਪਣੀ ਐਂਟਰਟੇਨਮੈਂਟ ਕੰਪਨੀ ਖੋਲਣ ਕਿਉਂ ਲੋਕਾਂ ਨੂੰ ਤੰਗ ਕੀਤਾ ਹੋਇਆ ਸਾਰੇ ਹੀ IAS ਸਾਰੇ IPS ਜਿਹੜੇ ਕੰਪੀਟੈਂਟ ਅਫਸਰ ਨੇ ਉਹਨਾਂ ਨੂੰ ਤੁਸੀਂ ਕਿਸੇ ਮਤਲਬ ਨਾ ਕਿਸੇ ਨੂੰ ਕੋਈ ਕੰਮ ਕਰਨ ਦੇ ਰਹੇ ਨੇ ਨਾ ਕੋਈ ਗੱਲ ਨਵਾਂ ਜਾ ਕੇ ਉਹ ਇੱਕ ਅਫਸਰ ਕੁੱਟ ਪਿਆ ਅੱਜ ਕੋਈ ਇੱਥੇ ਖਬਰ ਆ ਰਹੀ ਸੀ ਅੱਛਾ ਫਿਰ ਤੁਸੀਂ ਕਦੇ ਮਤਲਬ ਸੈਂਡ ਮਾਫੀਆ ਕਦੇ ਲੈਂਡ ਮਾਫੀਆ ਮਤਲਬ ਉੱਧਰ ਨੂੰ ਤੁਸੀਂ ਮੂੰਹ ਨਹੀਂ ਕਰ ਰਹੇ ਜਿਹੜੀਆਂ ਸਮੱਸਿਆਵਾਂ ਲੋਕ ਫੇਸ ਕਰ ਰਹੇ ਨੇ ਮਤਲਬ ਕੀ ਸੈਸ਼ਨ ਸੱਦ ਸੱਦ ਕੇ ਮੈਨੂੰ ਸਮਝ ਨਹੀਂ ਆਉਂਦੀ ਵੀ ਸੈਸ਼ਨ ਸੱਦ ਕੇ ਉਹ 'ਚ ਕੀ ਇਹੋ ਜਿਹਾ ਤੀਰ ਚਲਾ ਦੇਣਾ ਸੀ ਇਹਨਾਂ ਨੇ ਜਿਹੜੀ ਪਬਲਿਕ ਨੂੰ ਲੋਕ ਗੱਲ ਦੱਸਣੀ ਚਾਹੁੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਦੱਸ ਦੇਣ ਆਪਣੇ MLA ਨਾਲ ਕਰਨਾ ਤਾਂ ਮੀਟਿੰਗ ਕਰ ਲੈਣ ਪਬਲਿਕ ਦਾ ਪੈਸਾ ਲੱਖਾਂ ਰੁਪਈਆ ਕਿ ਕਿਸ ਕੰਮ ਲਈ ਖਰਚ ਕਰਨਾ ਚਾਹੁੰਦੇ ਨੇ ਹੁਣ ਉਹ ਪਰਾਲੀ ਹੈ ਦੇਖੋ ਨਾ ਹੁਣ ਪਰਾਲੀ ਵਾਲੇ ਮਸਲੇ 'ਤੇ SYL ਵਾਲੇ ਮਸਲੇ 'ਤੇ ਬਿਲਕੁਲ ਮਤਲਬ ਡਬਲ ਸਟੈਂਡਰਡ ਨੇ ਅੱਛਾ ਸਿਰਫ ਇਹ ਹੈ ਕਿ ਕਿੰਨੀ ਦੇਰ ਰੌਲਾ ਪਾ ਕੇ ਤੁਸੀਂ ਕੈਮਰੇ ਮੂਹਰੇ ਭੰਗੜਾ ਪਾ ਕੇ ਰੌਲਾ ਪਾ ਕੇ ਜਾਂ ਪੈਸੇ ਦੇ ਕੇ ਕੁਛ ਚੈਨਲ ਖੋਲ੍ਹ ਕੇ ਜਾਂ ਕੁਛ ਪੱਤਰਕਾਰ ਅਰੈਸਟ ਵੀ ਕੀਤੇ ਗਏ ਨੇ ਦੂਜਿਆਂ ਨੂੰ ਅਰੈਸਟ ਕਰਕੇ ਕਿੰਨੀ ਕੁ ਦੇਰ ਇੱਦਾਂ ਚਲਾਓਗੇ ਕੰਮ ਸਾਡੇ ਤਾਂ ਪਰਮਾਤਮਾ ਨੂੰ ਰਲ ਮਿਲ ਕੇ ਅਰਦਾਸ ਕਰੀਏ ਕਿ ਇਹਨਾਂ ਦੀ ਸਦਬੁੱਧੀ ਇਹਨਾਂ ਨੂੰ ਬਖਸ਼ੇ ਮਤ ਬਖਸ਼ੇ ਕਿਸੇ ਰਸਤੇ ਤੇ ਆਉਣ ਮਤਲਬ ਇਹ ਸਰਕਾਰਾਂ ਦੇ ਕੰਮ ਨੇ ਤੁਸੀਂ ਦੇਖੋ ਪੰਜਾਬ 'ਚ ਪਹਿਲੀ ਵਾਰੀ ਇਹ ਹੋ ਰਿਹਾ ਅੱਜ ਸਾਰੀਆਂ ਪਾਰਟੀਆਂ ਪੋਜੀਸ਼ਨ ਵੀ ਤੇ
ਮਤਲਬ ਸਰਕਾਰ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਨੇ ਬਿਲਕੁਲ ਬਿਲਕੁਲ, ਕਿ ਲੋਕਾਂ ਨੇ ਇਸ ਗੱਲ ਲਈ ਚੁਣਿਆ ਇਹਨਾਂ ਨੂੰ? ਲੋਕੀ ਵੀ ਹੁਣ ਤਾਂ ਮਜ਼ਾਕ ਉਡਾ ਰਹੇ ਇਹਨਾਂ ਦਾ ਸੋਸ਼ਲ ਮੀਡੀਆ ਤੇ ਕਿ ਸਰਕਾਰ ਤੋਂ ਕੀ ਉਮੀਦ ਉਹ ਮਜ਼ਾਕ ਰੱਖੀਏ, ਬਣ ਗਏ ਅਸੀਂ ਤਾਂ ਉਹ ਤਾਂ ਅਸੀਂ ਆਮ ਧਰਨੇ ਤੇ ਪੈਠੀ ਹੈ। ਪੰਜਾਬੀ ਅਸੀਂ ਸਾਰੇ ਪੰਜਾਬੀ ਆਪਣੇ ਆਪ ਦੇ ਵਿੱਚ ਇਸ ਗੱਲ ਦੇ ਉੱਪਰ ਮਜ਼ਾਕ ਬਣ ਗਏ ਆ ਬਾਕੀ ਦੁਨੀਆ ਦੀ ਨਿਗਾਹ ਦੇ ਵਿੱਚ। ਬਿਲਕੁਲ ਬਿਲਕੁਲ, ਮਤਲਬ ਜੇ ਤੁਸੀਂ ਬਾਹਰਲੇ ਜਿਹੜੇ ਕਈ ਕੋਈ ਮੈਨੂੰ ਇੱਕ ਨੇ ਟਵੀਟ ਭੇਜਿਆ ਪ੍ਰੋਫੈਸਰ ਨੇ ਜਰਮਨੀ ਤੋਂ, ਉਹ ਕਹਿੰਦਾ ਵੀ ਦੋ ਹੀ ਥਾਵੀਂ ਕਮੇਡੀਅਨਸ ਨੂੰ ਚੁਣਿਆ ਲੋਕਾਂ ਨੇ, ਕਿਤੇ ਇੱਕ ਯੂਕਰੇਨ ਦੇ ਵਿੱਚ ਤੇ ਇੱਕ ਪੰਜਾਬ ਦੇ ਵਿੱਚ। ਅੱਛਾ, ਸੋ ਇਦਾਂ ਸਾਡਾ ਮਜ਼ਾਕ ਉੱਡ ਰਿਹਾ ਮੈਨੂੰ ਦੇਖੋ ਤੁਸੀਂ। ਉਹ ਪ੍ਰੋਫੈਸਰ ਜਰਮਨੀ ਸੋ ਦੇ ਸੀਗੇ। ਇਹ ਹਾਂ ਅਜੀਤ ਸਿਕੰਦ, ਮੈਂ ਤੁਹਾਨੂੰ ਉਹਨਾਂ ਦਾ ਟਵੀਟ ਭੇਜ ਦੂੰਗਾ, ਮਤਲਬ ਉਹ ਅੱਛਾ ਜਰਮਨ ਫਰੈਂਕਫਰਟ ਦੇ ਜੈਂਡੋਲੋਜੀ ਦੇ ਪ੍ਰੋਫੈਸਰ ਨੇ, ਉੱਥੇ ਮਾਨ ਸਾਹਿਬ ਨੂੰ ਮਿਲੇ ਵੀ ਸੀ ਉਹ, ਅੱਛਾ ਅੱਛਾ ਮਤਲਬ ਉਹ ਮਦਦ ਕਰਨੀ ਚਾਹੁੰਦੇ ਨੇ ਉਹ ਲੋਕ ਪੰਜਾਬ ਦੀ, ਐਸੀ ਗੱਲ ਅੱਛਾ ਨਹੀਂ ਉਹਨਾਂ ਹੈ, ਨੇ ਮਿਲ ਪਰ ਕੇ ਫਿਰ ਉੱਥੇ ਕੋਈ ਆਪਣਾ ਅੰਦਾਜ਼ਾ ਵਗੈਰਾ ਲਾਇਆ ਹੋਣਾ। ਬਸ ਅੰਦਾਜ਼ਾ ਕੀ ਹੈ ਕੀ ਦੱਸਣਾ ਹੈ ਉਹਦਾ, ਮਤਲਬ ਹੁਣ ਇਹ ਹੈ ਕਿ ਮੇਲ ਜਿਹੇ ਜਿਹੇ ਹੁੰਦੇ ਹੁੰਦੇ ਨੇ ਪ੍ਰੋਫੈਸਰਾਂ ਦੇ ਪੋਲੀਟੀਸ਼ੀਅਨਾਂ ਨਾਲ, ਉਹ ਤਾਂ ਉਦਾਂ ਦਾ ਹੀ ਹੋਇਆ। ਚਲੋ ਸਰ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਸਰ ਪ੍ਰੋਫੈਸਰ ਹਰਵਿੰਦਰ ਸਿੰਘ ਭੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ 'ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਭੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।